ਤੁਸੀਂ ਬਾਦਲ ਪਿੰਡ ਕੋਈ ਬਠਿੰਡੇ ਤੋਂ ਦੂਰ ਨਹੀਂ ਹੈਗਾ, ਤੁਸੀਂ ਜਾ ਕੇ ਆਏ ਉੱਥੇ ਬਾਦਲ ਪਿੰਡ 'ਚ ਬਾਦਲ ਵਾਲਿਆਂ ਨੇ ਸਰਪੰਚ 'ਚ ਕੋਈ ਬੰਦਾ ਖੜਾ ਕਰਦੇ ਹੀ ਨਹੀਂ, ਨਾ ਐਤਕੀ ਕੀਤਾ ਨਾ ਪਿਛਲੇ ਵਾਰ ਕੀਤਾ। ਉਹ ਇੰਟਰਸਟ ਹੀ ਨਹੀਂ ਲੈਂਦੇ ਬੰਦਾ ਖੜਾ ਕਰਨ ਦੇ ਵਿੱਚ, ਉਹ ਕਹਿੰਦੇ ਵੀ ਕੋਈ ਬਣ ਜੇ ਸਾਡੇ ਤਾਂ ਪਿੰਡ ਦਾ ਸਾਡਾ ਹੀ ਹੈ, ਜਿਹੜਾ ਮਰਜ਼ੀ ਬਣ ਜੇ। ਸੋ ਉਹਨਾਂ ਨੇ ਕੋਈ ਕੈਂਡੀਡੇਟ ਨਹੀਂ ਖੜਾ ਕੀਤਾ ਬਾਲ ਸਾਹਿਬ ਨੇ ਆਪਣੇ ਅਕਾਲੀ ਦਲ ਵੱਲੋਂ, ਐਵੇਂ ਗਲਤ ਕਹਿੰਦਾ ਜਿਹੜਾ ਵੀ ਕੋਈ ਕਹਿੰਦਾ। ਇੱਕ ਬੰਦੇ ਨੂੰ ਕਹਿ ਦਿਓ ਵੀ ਬਾਲ ਸਾਹਿਬ ਨੇ ਕਿਹਾ ਹੋਵੇ ਜਾਂ ਸੁਖਵੀਰ ਨੇ ਕਿਹਾ ਵੀ ਫਲਾਣੇ ਨੂੰ ਵੋਟਾਂ ਪਾਓ ਫਲਾਣੇ ਨੂੰ ਨਾ ਪਾਓ, ਇੱਕ ਬੰਦੇ ਤੋਂ ਪਿੰਡ 'ਚ ਕਹਾ ਦਿਓ, ਕਿਸੇ ਵਰਕਰ ਤੋਂ ਕਹਾ ਦਿਓ। ਬਾਦਲ ਫੈਮਿਲੀ ਬਹੁਤ ਵੱਡੀ ਹੈ, ਦੋਨੇ ਪਾਸੇ ਬਾਦਲ ਫੈਮਿਲੀ ਸੀਗੀ, ਬਾਲ ਸਾਹਿਬ ਦੇ ਕੋਈ ਸਕੇ ਪੋਤੇ ਨਹੀਂ, ਸਕੇ ਕਿ ਨੇੜਿਓਂ ਵੀ ਨਹੀਂ, ਗਾਹ ਪਿੰਡ 'ਚੋਂ ਹੈ ਘਰਾਂ 'ਚੋਂ ਹੈ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਦਿਨੋਂ ਦਿਨ ਸਿਆਸਤ ਭਗਤੀ ਜਾ ਰਹੀ ਹੈ, ਕ੍ਰੈਡਿਟ ਵਾਰ ਲਗਾਤਾਰ ਚੱਲਦਾ ਜਾ ਰਿਹਾ ਹੈ। ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਸੱਤਾ ਧਿਰ ਵੱਲੋਂ ਆਰੋਪ ਲਗਾਏ ਜਾ ਰਹੇ ਨੇ ਕਿ ਬੀਜੇਪੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਕ੍ਰੈਡਿਟ ਲੈਣ 'ਚ ਅੱਗੇ ਨੇ, ਪਰ ਜੋ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ। ਵੇਖੋ, ਕਰਤਾਰਪੁਰ ਦਾ ਲਾਂਘੇ ਦਾ ਜਿਹੜਾ ਬੜੇ ਲੰਮੇ ਸਮੇਂ ਤੋਂ ਗੁਰੂ ਨਾਨਕ ਨਾਮ ਲੇਵਾ ਸਿੱਖ ਕਿਤੇ ਵੀ ਦੁਨੀਆਂ ਦੇ ਵਿੱਚ ਬੈਠਾ ਉਹ ਅਰਦਾਸ ਕਰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਲਾਂਘਾ ਖੁੱਲ੍ਹ ਜਾਵੇ ਅਤੇ ਅਸੀਂ ਖੁੱਲ੍ਹੇ ਦਰਸ਼ਨ ਦਾਰ ਕਰਤਾਰਪੁਰ ਸਾਹਿਬ ਦੇ, ਜਿੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਲੰਮਾ ਸਮਾਂ ਅੱਥੀ ਕਿਰਤ ਕਰਕੇ ਬਿਤਾਇਆ ਅਤੇ ਆਖਰੀ ਸਮਾਂ ਵੀ ਉਹਨਾਂ ਨੇ ਉੱਥੇ ਹੀ ਬਿਤਾਇਆ। ਸੋ ਉਹ ਸਾਡੀ ਇੱਛਾ ਜਿਹੜੀ ਕੋਈ 70 ਸਾਲਾਂ ਬਾਅਦ ਪੂਰੀ ਹੋਣ ਜਾ ਰਹੀ ਹੈ। ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵੱਡਾ ਹੌਂਸਲਾ ਦਿੱਤਾ, ਕੈਬਨਿਟ ਦੇ ਵਿੱਚ ਇਹ ਪਾਸ ਕੀਤਾ ਅਤੇ ਉੱਧਰੋਂ ਪਾਕਿਸਤਾਨ ਵਾਲਿਆਂ ਨੇ ਵੀ ਉਸੇ ਹੌਂਸਲਾ ਵਿਖਾਇਆ ਅਤੇ ਦੋਨਾਂ ਗੌਰਮੈਂਟਾਂ ਨੇ ਰਲ ਕੇ ਇੱਕ ਫੈਸਲਾ ਹੋ ਗਿਆ ਕਿ ਲਾਂਘਾ ਖੋਲ੍ਹਿਆ ਜਾਏਗਾ ਅਤੇ ਖੁੱਲ੍ਹੇ ਦਰਸ਼ਨ ਦਾਰੇ ਲੋਕ 5 ਵਜੇ ਤੋਂ ਸੁਬਹਾ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤਾਈਂ ਕਰ ਸਕਿਆ ਕਰਨਗੇ। ਦੋਨੇ ਪਾਸੇ ਸਰਕਾਰਾਂ ਆਪਣਾ ਆਪਣਾ ਜਿਹੜਾ ਰਸਤਾ ਉਹਨੂੰ ਵਧੀਆ ਬਣਾਉਣਗੀਆਂ। ਸੋ ਉਹ ਸਾਰੇ ਫੈਸਲੇ ਹੋ ਗਏ। ਹੁਣ ਗੱਲ ਹੈ ਕੰਮ ਸ਼ੁਰੂ ਕਰਨ ਦੀ। ਕੰਮ ਸ਼ੁਰੂ ਹਮੇਸ਼ਾ ਸਟੇਟ ਨੇ ਕਰਨਾ ਹੁੰਦਾ, ਜਿਹੜੀ ਸਟੇਟ ਦੀ ਗੌਰਮੈਂਟ ਹੈ ਉਹਨੇ ਹੀ ਕਰਨਾ ਹੁੰਦਾ। ਸੋ ਸਟੇਟ ਗੌਰਮੈਂਟ ਨੂੰ ਬਿਨਾਂ ਦੇਰੀ ਕੀਤਿਆਂ ਉਹ ਕੰਮ ਸ਼ੁਰੂ ਕਰ ਦੇਣੇ ਚਾਹੀਦੇ, ਕਿਉਂਕਿ ਸਿਸਟਮ ਹੈ ਜਿਹੜਾ, ਪ੍ਰੋਸੈਸ ਹੈ ਟੈਂਡਰ ਵਗੈਰਾ ਦਾ, ਉਹਦੇ 'ਤੇ ਕਾਫੀ ਟਾਈਮ ਲੱਗ ਜਾਂਦਾ। ਸੋ ਪੈਸੇ ਸੈਂਟਰ ਗੌਰਮੈਂਟ ਨੇ ਕਹਿ ਤਾ ਕਿ ਅਸੀਂ ਦੇਣੇ ਆ ਸਾਰੇ, ਅਤੇ ਇਹਨਾਂ ਨੇ ਤਾਂ ਇਕੱਲਾ ਕੰਮ ਹੀ ਸ਼ੁਰੂ ਕਰਾਉਣਾ। ਸੋ ਇਹ ਪਲੈਨ ਬਣਾ ਕੇ ਤਿਆਰੀ ਕਰਕੇ ਸਾਰੀ ਸੈਂਟਰ ਗੌਰਮੈਂਟ ਕੋਲ ਲੈ ਜਾਣ ਪ੍ਰੋਜੈਕਟ ਅਤੇ ਪੈਸਾ ਇਹ ਟੈਂਡਰ ਕਾਲ ਸ਼ੁਰੂ ਕਰਕੇ ਕੰਮ ਇਹਨਾਂ ਨੂੰ ਸ਼ੁਰੂ ਕਰ ਦੇਣਾ ਚਾਹੀਦਾ। ਇਹ ਤਾਂ ਜਾਣ ਕੇ ਟਾਲ ਮਟੋਲ ਕਰਦੇ ਆ, ਸੈਂਟਰ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਆ, ਆਪ ਕੰਮ ਕਰਨਾ ਨਹੀਂ ਚਾਹੁੰਦੇ, ਅਤੇ ਨਹੀਂ ਤਾਂ ਕੰਮ ਤਾਂ ਇਹਨਾਂ ਨੇ ਕਰਨਾ, ਇਹਨਾਂ ਨੂੰ ਤੁਰੰਤ ਸ਼ੁਰੂ ਕਰ ਦੇਣਾ ਚਾਹੀਦਾ, ਵੇਟ ਕਾਹਦੀ ਕਰਨੀ ਹੈ। ਜਦੋਂ ਕੰਮ ਸ਼ੁਰੂ ਹੋ ਗਿਆ ਅਤੇ ਪੈਸੇ ਤਾਂ ਸੈਂਟਰ ਸਰਕਾਰ ਨੇ ਅਨਾਊਂਸ ਕਰਤੇ ਆ, ਉਹ ਤਾਂ ਨਾਲ ਦੀ ਨਾਲ ਆਉਣ ਹੀ ਲੱਗ ਜਾਣੇ, ਉਹਦੇ 'ਤੇ ਕੋਈ ਰੌਲਾ ਹੀ ਨਹੀਂ ਹੈਗਾ, ਫੰਡ ਤਾਂ ਸਾਰੇ ਅਲਾਓ ਹੋ ਗਏ ਨੇ। ਸੋ ਇਸ ਕਰਕੇ ਇਹਨਾਂ ਨੂੰ ਬਹਾਨੇਬਾਜ਼ੀ, ਇਹਦੇ 'ਚ ਸਿਆਸਤੀ ਨਹੀਂ ਕਰਨੀ ਚਾਹੀਦੀ ਸਹੀ ਮਾਇਨੇ 'ਚ ਤਾਂ ਕਿਸੇ ਨੂੰ। ਇਹ ਧਾਰਮਿਕ ਇਸ਼ੂ ਹੈ, ਇਹਨੂੰ ਧਾਰਮਿਕ ਇਸ਼ੂ ਰਹਿਣਾ ਚਾਹੀਦਾ, ਨਾ ਕਿਸੇ ਨੂੰ ਕ੍ਰੈਡਿਟ ਲੈਣਾ ਚਾਹੀਦਾ, ਕੰਮ ਕਰਨਾ ਚਾਹੀਦਾ। ਸੈਂਟਰ ਸਰਕਾਰ ਨੂੰ ਵੀ ਕਰਨਾ ਚਾਹੀਦਾ, ਪੰਜਾਬ ਸਰਕਾਰ ਨੂੰ ਵੀ ਕਰਨਾ ਚਾਹੀਦਾ, ਦੋਨਾਂ ਦੀ ਬਰਾਬਰ ਜ਼ਿੰਮੇਵਾਰੀ ਹੈ, ਕੋਈ ਭੱਜ ਨਹੀਂ ਸਕਦਾ ਜ਼ਿੰਮੇਵਾਰੀ ਤੋਂ। ਕੰਮ ਇਹਨਾਂ ਨੇ ਕਰਾਉਣੇ ਨੇ ਸਾਰੇ, ਪੈਸੇ ਉਹਨਾਂ ਨੇ ਦੇਣੇ ਆ, ਅਤੇ ਦੋਨੇ ਕੰਮ ਸ਼ੁਰੂ ਕਰਨ। ਜਦੋਂ ਇਹ ਕੰਮ ਸ਼ੁਰੂ ਕਰਨ, ਜਦੋਂ ਨਾ ਉਹ ਪੈਸੇ ਦੇਣਗੇ ਫਿਰ ਇਹ ਦੱਸਣ। ਸਰ, ਸੱਤਾ ਧਿਰ ਦੇ ਆਗੂ ਆਰੋਪ ਲਗਾ ਰਹੇ ਨੇ ਕਿ ਜੋ ਇਹ ਡਿਊਟੀ ਹੈ ਉਹ ਸੈਂਟਰ ਗੌਰਮੈਂਟ ਦੀ ਹੈ, ਅਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਜਿਹੜਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ, ਬਹੁਤ ਹੱਦ ਤੱਕ ਪੂਰਾ ਵੀ ਕਰ ਦਿੱਤਾ ਗਿਆ, ਪਰ ਆਪਣੇ ਵਾਲੇ ਪਾਸੇ ਹਜੇ ਇੱਕ ਇੱਟ ਵੀ ਨਹੀਂ ਲਗਾਈ ਗਈ ਹੈ। ਨਹੀਂ, ਹਲੇ ਉੱਥੇ ਪੂਰਾ ਕੋਈ ਨਹੀਂ ਹੋਇਆ, ਕੰਮ ਸ਼ੁਰੂ ਹੋ ਗਿਆ। ਇਹ ਗੱਲ ਬਿਲਕੁਲ ਠੀਕ ਹੈ ਕਿ ਉੱਥੇ ਕੰਮ ਸ਼ੁਰੂ ਹੋ ਗਿਆ, ਉੱਥੋਂ ਦੀ ਸਟੇਟ ਸਰਕਾਰ ਨੇ ਕੀਤਾ, ਪੰਜਾਬ ਦੀ ਜਿਹੜੀ ਸੂਬੇ ਦੀ ਸਰਕਾਰ ਹੈ ਉਹਨਾਂ ਨੇ ਕੀਤਾ ਸੈਂਟਰ 'ਚ, ਅਤੇ ਉਹਨਾਂ ਦੀ ਇੱਕੋ ਹੀ ਸਰਕਾਰ ਆ ਦੋਨਾਂ ਪਾਰਟੀਆਂ ਦੀ, ਇਮਰਾਨ ਖਾਨ ਦੀ ਸਰਕਾਰ ਹੀ ਸਟੇਟ ਦੇ ਵਿੱਚ ਹੈ ਅਤੇ ਉਹਦੀ ਸੈਂਟਰ ਦੇ ਵਿੱਚ ਹੈ। ਇਹੀ ਤਾਂ ਮੈਂ ਗੱਲ ਕਹਿਣਾ ਕਿ ਇਹ ਕਰਨਾ ਨਹੀਂ ਚਾਹੁੰਦੇ ਕੰਮ, ਜੇ ਲੈ ਸੈਂਟਰ ਸਰਕਾਰ ਤਾਂ ਸਵੇਰੇ ਸਿੱਧਾ ਕਰ ਲੂਗੀ, ਫਿਰ ਇਹ ਆਖਣਗੇ ਸਾਡੇ ਕੰਮ 'ਚ ਦਖਲ ਦਿੰਦੇ ਆ ਸਟੇਟ ਦਿਆਂ 'ਚ, ਇਹ ਸਾਡੇ ਸਾਥੋਂ ਕਿਉਂ ਨਹੀਂ, ਸਾਨੂੰ ਕਿਉਂ ਨਹੀਂ ਕਰਨ ਦਿੰਦੇ, ਇਹ ਸਾਨੂੰ ਇਗਨੋਰ ਕਰਦੇ ਆ, ਫਿਰ ਇਹ ਉਲਟੇ ਪਾਸੇ ਚੱਲਣਗੇ। ਲੈ ਇੱਕ ਲਿਖ ਕੇ ਦੇ ਦੇਣ ਗੌਰਮੈਂਟ ਲਾ ਸਵੇਰੇ ਲਿਖ ਕੇ ਦੇਵੇ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਆਪੇ ਕੰਮ ਸ਼ੁਰੂ ਕਰ ਲਏ, ਅਸੀਂ ਕੋਈ ਸਾਨੂੰ ਕੋਈ ਇਤਰਾਜ਼ ਨਹੀਂ, ਲੈ ਸਵੇਰੇ ਸ਼ੁਰੂ ਹੋ ਜੂਗਾ ਕੰਮ। ਤਾਂ ਕੰਮ ਹਮੇਸ਼ਾ ਹੀ ਸਟੇਟ ਸਰਕਾਰ ਕਰਦੀ ਹੁੰਦੀ ਹੈ। ਹੁਣ ਨੈਸ਼ਨਲ ਜਿਹੜੀਆਂ ਨੈਸ਼ਨਲ ਹਾਈਵੇ ਸੜਕਾਂ ਨੇ, ਏਅਰਪੋਰਟ ਨੇ, ਰੇਲਵੇ ਲੈਣਾ ਨੇ, ਹੋਰ ਕਿੰਨੇ ਕੰਮ ਨੇ, ਇਹ ਸਾਰੇ ਕੰਮ ਤਾਂ ਸਟੇਟ ਗੌਰਮੈਂਟ ਹੀ ਕਰਦੀ ਹੁੰਦੀ ਹੈ, ਫੰਡ ਸੈਂਟਰ ਦੇ ਆਉਂਦੇ ਹੁੰਦੇ ਆ। ਸੋ ਫੰਡ ਹੁਣ ਵੀ ਸੈਂਟਰ ਦੇ ਆਉਣਗੇ, ਇਹ ਹਿੰਮਤ ਕਰਨ, ਕੰਮ ਸ਼ੁਰੂ ਕਰਨ, ਟਾਲ ਮਟੋਲ ਨਾ ਕਰਨ, ਆਪ ਕੁਛ ਕਰਦੇ ਨਹੀਂ, ਉਹਨਾਂ ਦੇ ਸਿਰ ਸਾਰਾ ਭਾਂਡਾ ਭੰਨ ਕੇ ਜਾਣ ਕੇ ਇਹ ਗੱਲ ਨੂੰ ਟਾਲਾ ਕਰਨਾ ਚਾਹੁੰਦੇ ਆ ਕਿ ਟਾਈਮ 'ਤੇ ਸ਼ੁਰੂ ਹੋਵੇ ਨਾ। ਪਾਰਲੀਮੈਂਟ ਦੀਆਂ ਵੋਟਾਂ ਇਹ ਵੇਟ ਕਰ ਰਹੇ ਆ ਵੀ ਵੋਟਾਂ 'ਚ ਇਹਨਾਂ ਨੂੰ ਝਾਕ ਹੋਊਗੀ ਸ਼ਾਇਦ, ਵੀ ਉੱਤੇ ਸਾਡੀ ਸਰਕਾਰ ਆਜੂਗੀ ਕਾਂਗਰਸ ਦੀ, ਫਿਰ ਅਸੀਂ ਇਹਦਾ ਕ੍ਰੈਡਿਟ ਲਵਾਂਗੇ। ਸੋ ਇਹ ਜਾਣ ਬੁੱਝ ਕੇ ਕਰ ਰਹੀ ਹੈ ਪੰਜਾਬ ਸਰਕਾਰ, ਕੋਈ ਇਹੋ ਜਿਹਾ ਨਹੀਂ ਗੱਲ ਨਹੀਂ ਹੈ, ਕਿਸੇ ਫੰਡਾਂ ਦੀ ਕੋਈ ਕਮੀ ਨਹੀਂ ਹੈਗੀ, ਜੋ ਪ੍ਰਾਈਮ ਮਿਨਿਸਟਰ ਨੇ ਕਹਿ ਤਾ ਉਹ ਸਾਰੇ ਫੰਡ ਇਹਨਾਂ ਨੂੰ ਮਿਲਣਗੇ, ਕੰਮ ਤਾਂ ਸ਼ੁਰੂ ਕਰਨ। ਸਰ, ਪਿੱਛੇ ਧੰਨਵਾਦ ਰੈਲੀ ਕੀਤੀ ਗਈ ਅਤੇ ਤੁਸੀਂ, ਤੁਹਾਡੀ ਪਾਰਟੀ ਵੀ ਮੌਜੂਦ ਸੀ, ਮਗਰ ਪ੍ਰਧਾਨ ਮੰਤਰੀ ਵੱਲੋਂ ਕਿਸੇ ਤਰ੍ਹਾਂ ਦਾ ਜੋ ਕਰਤਾਰਪੁਰ ਲਾਂਘੇ ਦਾ ਜੋ ਵਿਕਾਸ ਹੋਣਾ ਉਹ
ਨਹੀਂ ਫੰਡ ਤਾਂ ਸਾਰੇ ਜਦੋਂ ਕਰਤਾਰਪੁਰ ਲੰਘੇ ਦਾ ਫੈਸਲਾ ਹੋਇਆ ਕੈਬਨਿਟ ਦੇ ਵਿੱਚ ਜਾਂ ਕਰਤਾਰਪੁਰ ਲੰਘ ਫੰਡ ਤਾਂ ਸਾਰੇ ਉਸੇ ਵੇਲੇ ਕਹਿਤਾ ਕਿ ਇਹਦਾ ਪ੍ਰੋਜੈਕਟ ਤਿਆਰ ਕਰੋ। ਜਿੰਨਾ ਪ੍ਰੋਜੈਕਟ ਹੋਊਗਾ ਫੰਡ ਤਾਂ ਫੇਰ ਹੀ ਹੋਣਗੇ, ਹਾਲੇ ਤਾਂ ਪ੍ਰੋਜੈਕਟ ਹੀ ਨਹੀਂ ਤਿਆਰ ਹੋਇਆ। ਚਾਹੀਦਾ ਤਾਂ ਪ੍ਰੋਜੈਕਟ ਤਿਆਰ ਕਰਨਾ ਹੁੰਦਾ ਵੀ ਆਪਾਂ ਇੱਥੇ ਕਰਨਾ ਕੀ ਹੈ, ਕਿੱਡੀਆਂ ਚੌੜੀਆਂ ਸੜਕਾਂ ਬਣਾਉਣੀਆਂ, ਰੈਸਟ ਹਾਊਸ ਬਣਾਉਣੇ ਆ, ਦਫ਼ਤਰ ਬਣਾਉਣੇ ਆ, ਜ਼ਮੀਨ ਅਕੁਆਇਰ ਕਰਨੀ ਹੈ। ਉਹ ਪ੍ਰੋਜੈਕਟ ਤਾਂ ਸਾਰੇ ਪੰਜਾਬ ਸਰਕਾਰ ਨੇ ਕਰਨੇ ਆ ਨਾ। ਇਹ ਆਪ ਤੱਕ ਇਹੀ ਤਾਂ ਗੱਲ ਆ ਸਾਰੀ ਵੀ ਇਹ ਪ੍ਰੋਜੈਕਟ ਤਿਆਰ ਕਰਕੇ ਸੈਂਟਰ ਗੌਰਮੈਂਟ ਕੋਲ ਲੈ ਕੇ ਜਾਣ, ਉੱਥੋਂ ਪ੍ਰਵਾਨਗੀ ਹੋ ਜੂਗੀ। ਅਤੇ ਫੰਡ ਤਾਂ ਸਾਰੇ ਤਿਆਰ ਹੀ ਹੈ, ਫੰਡਾਂ 'ਚ ਤਾਂ ਕੋਈ ਰੌਲਾ ਹੀ ਨਹੀਂ। ਹਾਲੇ ਤਾਂ ਇਹਨਾਂ ਨੇ ਪ੍ਰੋਜੈਕਟ ਹੀ ਨਹੀਂ ਬਣਾਇਆ ਵੀ ਅਸੀਂ ਕਿੰਨੀ ਚੌੜੀ ਸੜਕ ਬਣਾਉਣੀ ਹੈ, ਕੀ ਕਰਨਾ ਕੀ ਨਹੀਂ ਕਰਨਾ, ਹਾਲੇ ਤਾਂ ਕੁਛ ਵੀ ਨਹੀਂ ਕਰਿਆ ਨਾ। ਨਾ ਜ਼ਮੀਨ ਅਕੁਆਇਰ ਕਰੀਏ, ਜ਼ਮੀਨ ਅਕੁਆਇਰ ਕਰਨੀ ਪਏਗੀ, ਉਹ ਤਾਂ ਪੰਜਾਬ ਸਰਕਾਰ ਨੇ ਕਰਨੀ ਹੈ, ਇਹ ਕਿਉਂ ਨਹੀਂ ਕਰਦੇ ਆਪਦੇ ਕੰਮ? ਸੋ ਫੰਡਾਂ ਦੀ ਕੋਈ ਕਮੀ ਨਹੀਂ ਹੋਏਗੀ। ਜਿਹੜਾ ਗੱਲ ਹੋ ਗਈ ਗੌਰਮੈਂਟ ਸੈਂਟਰ 'ਚ ਇਹ ਰਹੇ ਗਾਹਾਂ ਵਾਲੀ ਕੋਈ ਹੋਰ ਆਵੇ, ਫੰਡ ਤਾਂ ਸਰਕਾਰ ਦੇਗੀ ਦੇਗੀ। ਜਦੋਂ ਸਰਕਾਰ ਦਾ ਫੈਸਲਾ ਹੋ ਗਿਆ, ਕੈਬਨਿਟ 'ਚ ਫੈਸਲਾ ਹੋ ਗਿਆ, ਫੰਡ ਹੁਣ ਰੋਕੇ ਨਹੀਂ ਜਾ ਸਕਦੇ। ਸੋ ਪੰਜਾਬ ਸਰਕਾਰ ਨੂੰ ਇੰਨੀ ਵੀ ਨਲਾਇਕੀ ਨਹੀਂ ਵੇਖਣੀ ਚਾਹੀਦੀ ਵੀ ਥੋੜ੍ਹੇ ਬਹੁਤੇ ਪੈਸੇ ਵੀ ਨਾ ਲਾਵੇ ਉੱਥੇ, ਕੁਛ ਤਾਂ ਇਹਨਾਂ ਨੂੰ ਵੀ ਲਾਉਣਾ ਚਾਹੀਦਾ। ਇਹਨਾਂ ਦੀ ਵੀ ਡਿਊਟੀ ਬਣਦੀ ਹੈ, ਜ਼ਮੀਨ ਅਕੁਆਇਰ ਤਾਂ ਕਰਨ ਪਹਿਲਾਂ, ਹਾਲੇ ਤਾਂ ਜ਼ਮੀਨ ਹੀ ਨਹੀਂ ਅਕੁਆਇਰ ਕਰੀ, ਨੋਟੀਫਿਕੇਸ਼ਨ ਨਹੀਂ ਕੀਤਾ ਕੋਈ ਹਾਲੇ। ਇੱਕ ਸਰ, ਲੋਕ ਸਭਾ ਦੀਆਂ ਚੋਣਾਂ ਆ ਗਈਆਂ, ਕਿਹੜੇ ਕਿਹੜੇ ਮੁੱਦੇ ਰਹਿਣਗੇ ਜੀ ਤੁਹਾਡੇ? ਵੇਖੋ, ਸਾਡੇ ਜਿਹੜੇ ਮੁੱਦੇ ਆ, ਮੇਨ ਮੁੱਦਾ ਸਾਡਾ ਜਿਹੜੇ ਪਿੱਛੇ ਅਸੀਂ 5 ਸਾਲ ਕੰਮ ਕੀਤੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਖਾਸ ਕਰਕੇ, ਉਹ ਰਹਿਣਗੇ ਵੀ ਅਸੀਂ ਆ ਪਿੱਛੇ 2 ਸਾਲ ਇਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਹਾਲਤ ਹੀ, ਕਿਸੇ ਪਿੰਡ ਦੇ ਵਿੱਚ ਨਾ ਸ਼ਹਿਰ ਦੇ ਵਿੱਚ ਇੱਟੀ ਨਹੀਂ ਲਾਈ ਇਹਨਾਂ ਨੇ ਤਾਂ ਬਿਲਕੁਲ ਹੀ। ਨਾਲ ਅਮਨ ਸ਼ਾਂਤੀ ਪੰਜਾਬ ਦੇ ਵਿੱਚ, ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਡਿਵੈਲਪਮੈਂਟ, ਮੁੱਦੇ ਸਾਡੇ ਇਹੀ ਰਹਿਣੇ ਆ। ਡਿਵੈਲਪਮੈਂਟ ਮੇਨ ਏਜੰਡਾ ਸਾਡਾ ਹੋਏਗਾ ਅੱਗੇ ਵੀ, ਕਿ ਜੇ ਸੈਂਟਰ ਦੇ ਵਿੱਚ ਵੀ ਸਾਡੀ ਦੁਬਾਰਾ ਸਰਕਾਰ ਆਉਂਦੀ ਹੈ, ਪੰਜਾਬ ਦੇ ਵਿੱਚ ਆਉਂਦੀ ਹੈ, ਡਿਵੈਲਪਮੈਂਟ, ਅਮਨ ਸ਼ਾਂਤੀ ਮੇਨ, ਅਸੀਂ ਉਹਨਾਂ ਮੁੱਦਿਆਂ 'ਤੇ ਲੜਾਈ ਲੜਨੀ ਹੈ। ਪਿੱਛੇ ਜੋ ਅਸੀਂ ਡਿਵੈਲਪਮੈਂਟ ਕਰਾਈ ਹੈ, ਇਤਿਹਾਸਿਕ ਕੰਮ ਕੀਤੇ ਆ, ਲੋਕ ਉਹਨਾਂ ਨੂੰ ਹੁਣ ਯਾਦ ਕਰਨ ਲੱਗ ਗਏ ਨੇ, ਹੁਣ ਕਹਿਣ ਲੱਗ ਗਏ ਨੇ ਲੋਕ। ਅੱਜ ਵੀ ਮੈਂ 1-2 ਪਿੰਡਾਂ ਜਾ ਕੇ, ਉਹ ਵੀ ਕਹਿੰਦੇ ਜੀ ਹੁਣ ਠੀਕ ਹੈ, ਲੋਕ ਪਤਾ ਲੱਗ ਗਿਆ ਲੋਕਾਂ ਨੂੰ ਵੀ ਇਹ ਝੂਠੇ ਸੀਗੇ। ਸੋ ਇਸ ਕਰਕੇ ਤੁਸੀਂ ਵੇਖੋਗੇ ਕਿ ਲੋਕ ਸਭਾ ਦੇ ਵਿੱਚ ਅਕਾਲੀ ਦਲ ਜਿਹੜੀ BJP ਦੇ, ਕਾਰਗੁਜ਼ਾਰੀ ਬਹੁਤ ਵਧੀਆ ਰਹੇਗੀ। ਸਰ, ਵਿਰੋਧੀ ਧਿਰ ਵੱਲੋਂ ਇੱਕ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਸਰਪੰਚੀ ਦੀ ਚੋਣਾਂ ਦੇ ਵਿੱਚ ਬਾਦਲ ਪਿੰਡ ਤੋਂ ਜੋ ਤੁਹਾਡੇ ਕੈਂਡੀਡੇਟ ਸੀ ਉਹ ਹਾਰ ਗਏ, ਕੀ ਲੱਗਦਾ ਤੁਹਾਨੂੰ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਸਾਖ ਬਚਾ ਪਾਓਗੇ ਤੁਸੀਂ? ਤੁਸੀਂ ਵੇਖੋ, ਕਈ ਗੱਲਾਂ ਨਾ ਬਿਨਾਂ ਬਾਤਲੋਂ ਪੜਤਾਲ ਕੀਤੋਂ ਸਾਰੇ ਆਪਾਂ, ਤੁਸੀਂ ਬਾਦਲ ਪਿੰਡ ਕੋਈ ਬਠਿੰਡੇ ਤੋਂ ਦੂਰ ਨਹੀਂ ਹੈਗਾ, ਤੁਸੀਂ ਜਾ ਕੇ ਆਏ ਉੱਥੇ। ਬਾਦਲ ਪਿੰਡ 'ਚ ਬਾਦਲ ਵਾਲਿਆਂ ਨੇ ਸਰਪੰਚੀ 'ਚ ਕੋਈ ਬੰਦਾ ਖੜਾ ਕਰਦੇ ਹੀ ਨਹੀਂ, ਨਾ ਐਤਕੀ ਕੀਤਾ ਨਾ ਪਿਛਲੇ ਵਾਰ ਕੀਤਾ, ਉਹ ਇੰਟਰਸਟ ਹੀ ਨਹੀਂ ਲੈਂਦੇ ਬੰਦਾ ਖੜਾ ਕਰਨ ਦੇ ਵਿੱਚ। ਉਹ ਕਹਿੰਦੇ ਵੀ ਕੋਈ ਬਣ ਜੇ, ਸਾਡੇ ਤਾਂ ਪਿੰਡ ਦਾ ਸਾਡਾ ਹੀ ਹੈ, ਜਿਹੜਾ ਮਰਜ਼ੀ ਬਣ ਜੇ। ਸੋ ਉਹਨਾਂ ਨੇ ਕੋਈ ਕੈਂਡੀਡੇਟ ਨਹੀਂ ਖੜਾ ਕੀਤਾ, ਬਾਦਲ ਸਾਹਿਬ ਨੇ ਆਪਣੇ ਅਕਾਲੀ ਦਲ ਵੱਲੋਂ ਇਵੇਂ ਗਲਤ ਕਹਿੰਦਾ, ਜਿਹੜਾ ਵੀ ਕੋਈ ਕਹਿੰਦਾ ਤੁਸੀਂ ਖੁਦ ਪਿੰਡ ਜਾ ਕੇ ਪਤਾ ਕਰ ਲਓ। ਆਪਣੇ ਲੈਵਲ 'ਤੇ ਦੋਨੇ ਕੈਂਡੀਡੇਟਾਂ ਨੇ ਚੋਣ ਲੜੀ ਸੀ, ਜਿੱਤ ਹਾਰ ਗਏ, ਉਹਨਾਂ ਤੋਂ ਕੋਈ ਦਖਲ ਨਹੀਂ ਦਿੱਤਾ ਚੋਣ ਦੇ ਵਿੱਚ ਕਿਸੇ ਕਿਸਮ ਦਾ ਵੀ। ਇੱਕ ਬੰਦੇ ਨੂੰ ਕਹਿ ਦਿਓ ਵੀ ਬਾਦਲ ਸਾਹਿਬ ਨੇ ਕਿਹਾ ਹੋਵੇ, ਜਾਂ ਸੁਖਵੀਰ ਨੇ ਕਿਹਾ ਵੀ ਫਲਾਣੇ ਨੂੰ ਵੋਟਾਂ ਪਾਓ, ਫਲਾਣੇ ਨੂੰ ਨਾ ਪਾਓ, ਇੱਕ ਬੰਦੇ ਤੋਂ ਪਿੰਡ 'ਚ ਕਹਾ ਦਿਓ, ਕਿਸੇ ਵਰਕਰ ਤੋਂ ਕਹਾ ਦਿਓ। ਸੋ ਲੋਕਲ ਲੈਵਲ 'ਤੇ ਇਲੈਕਸ਼ਨ ਹੋਈ, ਉਹ ਕਹਿੰਦੇ ਇਹਨਾਂ ਦੀ ਭਾਈਚਾਰੇ ਦੀ ਵੋਟ ਆ, ਜਿਹਨੂੰ ਕੋਈ ਮਰਜ਼ੀ ਪਾ ਲੈ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਸਰ, ਅਸੀਂ ਖੁਦ ਜਾ ਕੇ ਵੀ ਰਿਪੋਰਟਿੰਗ ਕੀਤੀ ਉੱਥੇ, ਅਤੇ ਸਾਨੂੰ ਪਤਾ ਲੱਗਿਆ ਕਿ ਉਦੇਵੀਰ ਸਿੰਘ ਢਿੱਲੋਂ ਉੱਥੇ ਖੜ੍ਹੇ ਹੋਏ ਨੇ, ਜੋ ਪੋਤਰੇ ਨੇ ਬਾਦਲ ਸਾਹਿਬ ਦੇ, ਅਤੇ ਉਹ 376 ਵੋਟਾਂ ਤੋਂ ਹਾਰ ਗਏ ਨੇ। ਅਤੇ ਵੇਖੋ, ਬਾਦਲ ਫੈਮਿਲੀ ਬਹੁਤ ਵੱਡੀ ਹੈ, ਦੋਨੇ ਪਾਸੇ ਬਾਦਲ ਫੈਮਿਲੀ ਸੀਗੀ। ਬਾਦਲ ਸਾਹਿਬ ਦੇ ਕੋਈ ਸਕੇ ਪੋਤੇ ਨਹੀਂ, ਸਕੇ ਕਿ ਨੇੜਿਓਂ ਵੀ ਨਹੀਂ, ਗਾਹਾਂ ਪਿੰਡ 'ਚੋਂ ਹੈ, ਘਰਾਂ 'ਚੋਂ ਹੈ, ਅਤੇ ਉਹ ਹੁਣ ਘਰਾਂ 'ਚ ਤਾਂ ਕੋਈ ਵੀ ਖੜਾ ਹੋ ਸਕਦਾ, ਕੋਈ ਖੜ੍ਹ ਲਓ ਕਿਸੇ ਨੂੰ, ਕੋਈ ਆਪਾਂ ਹਟਾ ਤਾਂ ਨਹੀਂ ਸਕਦੇ। ਸਰਪੰਚੀ ਚਾਹੇ ਕੋਈ ਆਮ ਬੰਦਾ ਲੜੇ, ਚਾਹੇ ਕੋਈ ਸਰਦਾਰਾਂ 'ਚੋਂ ਇਹਨਾਂ 'ਚੋਂ ਲੜੇ, ਕੋਈ ਲੜ ਲਏ, ਪਰ ਬਾਦਲ ਸਾਹਿਬ ਕਹਿੰਦੇ ਕੋਈ ਮੁਹਿੰਮ 'ਚ ਹਿੱਸਾ ਨਹੀਂ ਲਿਆ। ਬਾਦਲ ਸਾਹਿਬ ਦਾ ਪੋਤਰਾ ਤਾਂ ਇੱਕੋ ਹੀ ਹੈ ਜਿਹੜਾ ਸੁਖਵੀਰ ਦਾ ਬੇਟਾ, ਪੋਤਾ ਤਾਂ ਉਹੀ ਹੈ ਬਾਦਲ ਸਾਹਿਬ ਦਾ, ਹੋਰ ਪੋਤਰਾ ਦੂਜਾ ਕਿਵੇਂ ਹੋਜੂ ਪੋਤਰਾ? ਜਾਂ ਉਹ ਤੋਂ ਬਾਅਦ ਦਾਸ ਜੀ ਨੇ, ਦਾਸ ਦਾ ਪੋਤਰਾ ਆਪਣਾ ਇਹਨਾਂ ਦਾ ਪੋਤਰਾ ਹੋ ਸਕਦਾ, ਚੱਲ ਨੇੜੇ ਆ, ਭਰਾ ਦਾ ਪੋਤਰਾ। ਸੋ ਇਹਨਾਂ ਦਾ ਕੋਈ ਸਕੇ ਨਹੀਂ ਘਰਾਂ 'ਚੋਂ ਹੈ, ਉਹ ਪਿੰਡ 'ਚੋਂ ਕਿੰਨੇ ਹੀ ਘਰ ਨੇ, ਉਹ ਤਾਂ ਕੋਈ 25-30 ਘਰ ਨੇ ਸਕੇ, ਜਿਹੜੇ 20-25 ਘਰ ਨੇ, ਉਹਨਾਂ 'ਚੋਂ ਕੋਈ ਵੀ ਚੋਣ ਲੜਾ। ਪਰ ਤੁਸੀਂ ਦਿਓ ਵੀ ਇਹਨਾਂ ਨੇ ਕੋਈ ਸਰਗਰਮੀ ਕੀਤੀ ਚੋਣਾਂ ਦੇ ਵਿੱਚ, ਜਦ ਦੱਸੋ ਜਾ ਕੇ ਕੀਤੀ? ਸੋ ਚੋਣ ਪਿਓ ਕਹਿੰਦੇ ਪਿੰਡ, ਮੈਂ ਕੱਲ੍ਹ ਗਿਆ ਸੀ ਬਾਦਲ ਪਰਸੋਂ, ਮੈਂ ਵੀ ਪੁੱਛੀ ਸੀ, ਉਹ ਕਹਿੰਦੇ ਅਸੀਂ ਕੋਈ ਦਿਲਚਸਪੀ ਨਹੀਂ ਲੈਂਦੇ, ਨਾ ਪਿਛਲੀਆਂ ਚੋਣਾਂ 'ਚ ਲਈ ਹੈ, ਨਾ ਐਰਕੀ ਲਈ ਹੈ, ਕੋਈ ਜਿੱਤ ਜੇ ਸਾਨੂੰ ਤਾਂ ਸਾਰੇ ਠੀਕ ਹੈ, ਅਸੀਂ ਪਿੰਡ ਦੀ ਪੋਲੀਟਿਕਸ ਦੇ ਵਿੱਚ ਵੜਦੇ ਹੀ ਨਹੀਂ, ਇਸੇ ਕਰਕੇ ਸਾਨੂੰ ਪਿੰਡ 'ਚੋਂ ਵੋਟ ਜ਼ਿਆਦਾ ਪੈਂਦੀ ਹੈ ਜਦੋਂ ਅਸੀਂ ਖੜ੍ਹੇ ਹੁੰਦੇ ਹਾਂ। ਮਲੁਕ ਸਾਹਿਬ, ਕੈਪਟਨ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਮਾਘੀ ਮੇਲੇ 'ਤੇ ਕਿਸੇ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ, ਕਾਨਫਰੰਸ ਨਾ ਕੀਤੀ ਜਾਵੇ, ਪਰ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ? ਵੇਖੋ, ਮਾਘੀ ਮੇਲਾ ਇਤਿਹਾਸਿਕ ਹੈ, ਇੱਥੇ ਗੁਰੂ ਗੋਬਿੰਦ ਸਿੰਘ ਨੇ ਲਾਸਟ ਜਿਹੜੀ ਜੰਗ ਹੈ ਮੁਗਲਾਂ ਨਾਲ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ। ਸੋ ਉਸ ਜਿੱਤ ਦੇ ਵਿੱਚ ਅਸੀਂ ਉਹ ਕਰਨਾ ਹੀ ਹੁੰਦਾ ਹੈ। ਬਾਕੀ ਜਿਹੜਾ ਅਕਾਲੀ ਦਲ ਹੈ, ਇਹਦੀ ਧਰਮ ਅਤੇ ਸਿਆਸਤ ਇਕੱਠੀ ਹੈ, ਸਾਡੇ ਗੁਰੂਆਂ ਨੇ ਕੀਤੀ ਹੈ, 6ਵੇਂ ਪਾਤਸ਼ਾਹ ਨੇ, ਕੋਈ ਅਸੀਂ ਨਹੀਂ ਕੀਤੀ, ਉਹਨੂੰ ਕੋਈ ਅੱਡ ਨਹੀਂ ਕਰ ਸਕਦਾ। ਸੋ ਸਿਆਸੀ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਅਸੀਂ ਆਪਦਾ ਜਿਹੜਾ ਪਿਛਲਾ
ਉੱਥੇ ਨਹੀਂ ਕਰਨੀ ਚਾਹੀਦੀਆਂ ਸਾਨੂੰ, ਉੱਥੇ ਕਿਸੇ ਕਿਸਮ ਦੀ ਵੀ ਚੁੱਪ ਸ਼ਾਂਤ ਹੀ ਸਾਰਾ ਉਹ ਰੋਸ ਮਨਾਉਣਾ ਚਾਹੀਦਾ। ਅਤੇ ਇੱਥੇ ਤਾਂ ਗੁਰੂ ਸਾਹਿਬ ਨੇ ਲਾਸਟ ਜਿਹੜੀ ਜੰਗ ਹੈ ਮੁਗਲਾਂ ਨੂੰ ਪੂਰੀ ਦਲੇਰੀ ਨਾਲ ਹਰਾ ਕੇ ਜਿੱਤੀ ਹੈ, ਇੱਥੇ 40 ਮੁਕਤਿਆਂ ਦੀ ਮੁਕਤੀ ਹੋਈ ਹੈ, ਇਹ ਕਿਉਂ ਨਾ ਇਤਿਹਾਸ ਦੱਸਿਆ ਜਾਵੇ ਲੋਕਾਂ ਨੂੰ। ਸੋ ਅਮਰਿੰਦਰ ਤੋਂ ਜ਼ਿਆਦਾ ਡਰ ਲੱਗਦਾ ਹੋਣਾ ਇਕੱਠ ਕੁੱਠ ਕਰਨ ਤੋਂ, ਜਾਂ ਬਾਹਰ ਆਉਣ ਤੋਂ ਹੀ ਡਰਦਾ ਰਹਿੰਦਾ? ਅਮਰਿੰਦਰ ਤਾਂ ਵਿਚਾਰਾ ਜਾਂਦਾ ਹੀ ਨਹੀਂ ਕਿਤੇ, ਉੱਥੇ ਘਰੇ ਬੈਠਾ ਰਹਿੰਦਾ। ਸੋ ਅਕਾਲੀ ਦਲ ਤਾਂ ਹਮੇਸ਼ਾ ਮੁਕਤਸਰ 'ਤੇ ਕਾਨਫਰੰਸ ਕਰਦਾ, ਐਤਕੀ ਵੀ ਕਰੇਗਾ। ਕੈਪਟਨ ਵੱਲੋਂ ਇੱਕ ਗੱਲ ਕਹੀ ਗਈ ਹੈ ਕਿ ਇਸ ਤਰ੍ਹਾਂ ਦਾ ਜੋ ਝੂਠਾ ਪ੍ਰਧਾਨ ਮੰਤਰੀ ਕਦੇ ਵੀ ਨਹੀਂ ਹੋਇਆ, ਇਹਦੇ ਬਾਰੇ ਤੁਹਾਡਾ? ਵੇਖੋ, ਮੁੱਖ ਮੰਤਰੀ ਕੀ ਕਹਿੰਦਾ ਨਹੀਂ ਕਹਿੰਦਾ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ। ਵੈਸੇ ਵੀ ਪ੍ਰਧਾਨ ਮੰਤਰੀ ਮੇਰੀ ਸਭ ਜਿਹੜੀ ਲਾਈਨ 'ਤੇ ਉਹ ਚੱਲ ਰਿਹਾ, ਪਹਿਲੀ ਵਾਰ ਹੈ ਕਿ ਸਾਡਾ ਦੁਨੀਆਂ ਦੇ ਵਿੱਚ ਨਾਂ ਬਣਿਆ ਭਾਰਤ ਦਾ। ਇਦੋਂ ਪਹਿਲਾਂ ਤਾਂ ਸਾਨੂੰ ਸਮਝਦੇ ਨਹੀਂ ਸੀ ਵੀ ਕੋਈ ਦੇਸ਼ ਹੈਗਾ ਭਾਰਤ, ਹੁਣ ਲੋਕਾਂ ਨੂੰ ਮਹਿਸੂਸ ਹੋਇਆ ਕਿ ਕੋਈ ਦੇਸ਼ ਭਾਰਤ ਵੀ ਹੈਗਾ। ਦੇਸ਼ਾਂ 'ਚ ਗਿਆ, ਨਵੇਂ ਨਵੇਂ ਦੇਸ਼ਾਂ ਨਾਲ ਸਾਡੇ ਰਸਤੇ ਖੁੱਲ੍ਹੇ ਨੇ, ਵਪਾਰ ਖੁੱਲ੍ਹੇ ਨੇ, ਪਿਆਰ ਵਧਿਆ। ਜਿਹੜੇ ਦੇਸ਼ ਸਾਨੂੰ ਨਫ਼ਰਤ ਕਰਦੇ ਸੀ ਉਹ ਸਾਡੇ ਨੇੜੇ ਆਏ ਨੇ। ਅਮਰੀਕਾ ਵਰਗੇ ਦੇਸ਼ ਜਿਹੜੇ ਪਹਿਲਾਂ ਬਿਲਕੁਲ ਹੀ ਨਹੀਂ ਸੀ ਸਮਝਦੇ ਹਿੰਦੁਸਤਾਨ ਨੂੰ, ਇੰਗਲੈਂਡ ਵਰਗੇ, ਫਰਾਂਸ ਵਰਗੇ, ਅੱਜ ਉਹ ਸਾਡੇ ਨੇੜੇ ਹੋਏ ਨੇ, ਚਾਈਨਾ, ਰੂਸ ਸਾਰੇ। ਸੋ ਇਹ ਮਿਹਨਤ ਕੀਤੀ ਹੈ ਪ੍ਰਧਾਨ ਮੰਤਰੀ ਨੇ, ਹਿੰਦੁਸਤਾਨ ਦਾ ਨਾਂ ਦੁਨੀਆਂ ਦੇ ਵਿੱਚ ਉੱਚਾ ਕੀਤਾ, ਜੋ ਕਿਹਾ ਹਿੰਦੁਸਤਾਨ ਦੇ ਵਿੱਚ ਵੀ ਉਹ ਕੀਤਾ। ਪਰ ਉਹਦੇ ਨਿਸ਼ਾਨੇ ਜਿਹੜੇ ਉਹ ਸ਼ੁਰੂ ਤੋਂ ਲੈ ਕੇ ਤੁਸੀਂ ਪੜ੍ਹ ਲਓ ਪਿਛਲਾ ਉਹਦਾ, ਉਹਨੇ ਕਿਹਾ ਸੀ 2022 'ਚ ਦੇਸ਼ ਅੱਗੇ ਸਿਰੇ 'ਤੇ ਪਹੁੰਚੇਗਾ। ਸੋ 3 ਸਾਲ ਹਾਲੇ ਪਏ ਆ, ਸਾਨੂੰ ਵੇਟ ਕਰਨੀ ਚਾਹੀਦੀ ਹੈ। 2022 ਤੱਕ ਜੇ ਨਾਲ ਜਾ ਸਕਣਗੇ ਮੋਦੀ ਸਾਹਿਬ, ਫਿਰ ਆਪਾਂ ਸੋਚਾਂਗੇ ਵੀ ਨਹੀਂ, ਜਿੱਥੇ ਕਹਿਆ ਸੀ ਉੱਥੇ ਤਾਂ ਨਹੀਂ ਪਹੁੰਚ ਸਕੇ। ਮਲੂਕਾ ਸਾਹਿਬ, ਮੇਰਾ ਲਾਸਟ ਸਵਾਲ, ਆਪਾਂ ਸਿਆਸਤ ਨੂੰ ਵੀ ਛੱਡ ਦਈਏ, ਅਤੇ ਮੈਂ ਵੀ ਪੱਤਰਕਾਰ ਨਹੀਂ ਆ ਇਸ ਵੇਲੇ ਮੰਨਦਾ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਦਿਮਾਗ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਰ 'ਤੇ ਪਲਟਵਾਰ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ ਜੋ ਲਾਂਘੇ ਦੇ ਮੈਟਰ ਚੱਲ ਰਿਹਾ, ਅਤੇ ਦਿਲ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ? ਕਿਉਂਕਿ ਦਿਲ ਤਾਂ ਉਦੋਂ ਹੀ ਜਿੱਤਿਆ ਜਾ ਸਕਦਾ ਹੈ, ਕਿਉਂਕਿ ਇਹ ਭਾਵਨਾਤਮਕ ਮਾਮਲਾ ਹੈ, ਹੈ ਨਾ? ਹਰ ਇੱਕ ਦੇ ਮਨ ਦੇ ਵਿੱਚ, ਮੇਰੇ ਵੀ ਮਨ ਦੇ ਵਿੱਚ ਹੈ ਕਿ ਮੈਂ ਵੀ ਜਾ ਕੇ ਉੱਥੇ ਮੱਥਾ ਟੇਕਾਂ, ਗੁਰੂ ਸਾਹਿਬ ਦਾ ਆਸ਼ੀਰਵਾਦ ਲਵਾਂ। ਤੁਹਾਨੂੰ ਨਹੀਂ ਲੱਗਦਾ ਇਸ ਮਾਮਲੇ ਦੇ ਵਿੱਚ ਦੇਰੀ ਹੋ ਰਹੀ ਹੈ? ਨਹੀਂ, ਮੈਂ ਤਾਂ ਆਪ ਕਹਿੰਦਾ ਵੀ ਇਹਦੇ 'ਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ, ਇਹਨੂੰ ਧਾਰਮਿਕ ਇਸ਼ੂ ਆ, ਧਾਰਮਿਕ ਹੀ ਰਹਿਣ ਦੇਣਾ ਚਾਹੀਦਾ ਅਤੇ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ। ਇੱਕ ਦੂਜੇ 'ਤੇ ਦੋਸ਼ ਲਾਉਣ ਦੀ ਬਜਾਏ ਨਾ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਜੇ ਤੁਹਾਨੂੰ ਕੋਈ ਲੱਗਦੀ ਹੈ ਕੋਈ ਪ੍ਰੋਬਲਮ ਹੈ ਕੋਈ ਫੰਡਾਂ ਦੀ ਜਾਂ ਹੋਰ, ਕਿਉਂਕਿ ਬਾਕੀ ਕੰਮ ਤਾਂ ਤੁਸੀਂ ਵੀ ਸਿਆਣੇ ਆ, ਸਟੇਟ ਗੌਰਮੈਂਟ ਨਹੀਂ ਕਰਨੇ ਆ, ਪਰ ਜੇ ਉਹਨੂੰ ਲੱਗਦੀ ਹੈ ਤਾਂ ਅਸੀਂ ਵੀ ਨਾਲ ਚੱਲਣ ਨੂੰ ਤਿਆਰ ਹੈ, ਸਾਰੀਆਂ ਪਾਰਟੀਆਂ ਨਾਲ ਚੱਲਣ ਨੂੰ ਤਿਆਰ ਹਾਂ। ਦਿੱਲੀ ਚੱਲ ਕੇ ਦੱਸਣ ਉੱਥੇ ਕਿੱਥੇ ਕੋਈ ਕਮੀ ਹੈ, ਅਸੀਂ ਵੀ ਨਾਲ ਜ਼ੋਰ ਲਾਵਾਂਗੇ ਜੇ ਉਹਨਾਂ 'ਚ ਕੋਈ ਕਮੀ ਹੋਏਗੀ। ਸੋ ਇਹਨੂੰ ਧਾਰਮਿਕ ਇਸ਼ੂ ਨੂੰ ਬਸਾਂ, ਇਹ ਮਸਲਾ ਸਾਡੇ ਕੋਲ ਇਹ ਆਇਆ, ਸਾਰੇ ਖੁਸ਼ ਨੇ, ਸਾਰੇ ਚਾਵਾਂ ਪੂਰਾ ਚਾਹ ਸਾਰਿਆਂ ਨੂੰ, ਜਿੰਨੀ ਛੇਤੀ ਅਸੀਂ ਪ੍ਰਾਪਤੀ ਕਰ ਲਈਏ ਉਨੀ ਚੰਗੀ ਗੱਲ ਹੈ, ਸਮਾਂ ਹੁੰਦਾ। ਸੋ ਹੁਣ ਦੋਨੇ ਗੌਰਮੈਂਟਾਂ ਇਸ ਇਸ਼ੂ ਦੇ ਉੱਤੇ ਇਕੱਠੀਆਂ ਨੇ, ਸੋ ਸਾਨੂੰ ਲਾਹਾ ਨਹੀਂ ਲੈਣਾ ਚਾਹੀਦਾ ਕਿਸੇ ਨੂੰ ਵੀ। ਮੈਂ ਸਹਿਮਤ ਹਾਂ ਬਿਲਕੁਲ ਹੀ, ਸਾਨੂੰ ਜੇ ਧਾਰਮਿਕ ਕੰਮ ਧਾਰਮਿਕ ਰੀਤੀ ਦੇ ਨਾਲ ਹੀ ਗੁਰੂਆਂ ਦੇ ਇਤਿਹਾਸ ਦੇ ਮੁਤਾਬਕ ਹੀ ਸਾਨੂੰ ਕਰਨਾ ਚਾਹੀਦਾ। ਕ੍ਰੈਡਿਟ ਤਾਂ ਗੁਰੂ ਆਪ ਦੇ ਦੂਗਾ ਜਿਹੜਾ ਕੰਮ ਕਰੂਗਾ, ਕਾਹਦੀ ਖਾਤਰ ਕ੍ਰੈਡਿਟ ਲੈਣਾ? ਪਰ ਤੁਸੀਂ ਵੇਖਿਆ ਕਿ ਜਿੱਦੇ ਪਿੱਛੇ ਉਹਦਾ ਨੀਂਹ ਪੱਥਰ ਰੱਖਣਾ ਸੀਗਾ, ਉਹਦੇ ਕੀ ਕੁਛ ਹੋਇਆ ਤੁਹਾਡੇ ਸਾਹਮਣੇ, ਕਿਵੇਂ ਮਿਨਿਸਟਰ ਕੀ ਕੁਛ ਕਰਦਾ ਰਿਹਾ ਸਟੇਜ ਦੇ ਉੱਤੇ ਚੜ੍ਹ ਕੇ? ਇਹ ਜਿਵੇਂ ਸਾਰਿਆਂ ਨੇ ਕਰਨਾ, ਇਹ ਕਿਉਂ ਸੋਚਦੇ ਆ ਕਾਂਗਰਸ ਵੀ ਸਾਡੀ ਇਹ ਇਕੱਲਿਆਂ ਦੀ ਸਟੇਜ ਆ, ਹੋਰ ਇੱਥੇ ਕੋਈ ਬੈਠ ਨਹੀਂ ਸਕਦਾ, ਜਾ ਨਹੀਂ ਸਕਦਾ? ਸੋ ਇਹੋ ਜਿਹੀਆਂ ਗੱਲਾਂ ਨੂੰ ਛੱਡ ਕੇ ਕੋਈ ਫੰਕਸ਼ਨ ਕਰੀਏ ਅਸੀਂ ਗੁਰੂ ਨਾਨਕ ਦੇਵ ਜੀ ਦਾ, ਇਹ ਜਿਹੜੇ ਲਾਂਘੇ ਵਾਲੇ ਇਸ਼ੂ 'ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਕਰਨਾ ਚਾਹੀਦਾ। ਜੇ ਕੋਈ ਪ੍ਰੋਬਲਮ ਹੈ ਤਾਂ ਅਸੀਂ ਤਾਂ ਦਿੱਲੀ ਨਾਲ ਚੱਲਣ ਨੂੰ ਤਿਆਰ ਹਾਂ, ਜਿੱਥੇ ਕੋਈ ਗਲਤ ਹੋਏਗੀ ਸੈਂਟਰ ਗਵਰਮੈਂਟ, ਅਸੀਂ ਸੈਂਟਰ ਗੌਰਮੈਂਟ ਅਸੀਂ ਦਲੇਰੀ ਨਾਲ ਕਹਾਂਗੇ ਕਿ ਗਲਤ ਹੈ ਇੱਥੇ। ਅਤੇ ਜੇ ਇਹ ਇਕੱਲੇ ਕਰਾ ਸਕਦੇ ਇਕੱਲੇ ਵੀ ਕਰਾ ਲੈਣ, ਅਸੀਂ ਨਾਲ ਵੀ ਜਾਣ ਨੂੰ ਤਿਆਰ ਹੈ, ਪਰ ਇਹ ਕੰਮ ਸ਼ੁਰੂ ਕਰਨ ਲਾਂਭੇ ਦੇਣ ਦੀ ਬਜਾਏ, ਟੈਂਡਰ ਲਾ ਕੇ ਜਿੰਨੀ ਛੇਤੀ ਜ਼ਮੀਨ ਅਕੁਆਇਰ ਹੋ ਸਕਦੀ ਹੈ ਜ਼ਮੀਨ ਅਕੁਆਇਰ ਕਰਕੇ, ਫਿਰ ਸੜਕਾਂ ਦੇ ਪ੍ਰੋਜੈਕਟ ਬਣਾ ਕੇ ਸੈਂਟਰ ਕੋਲ ਲੈ ਕੇ ਜਾਣ। ਜੇ ਫਿਰ ਕੋਈ ਪ੍ਰੋਬਲਮ ਆ ਵੀ, ਅਸੀਂ ਸਾਰੇ ਇਕੱਠੇ ਹੋ ਕੇ ਇਸ ਗੱਲ ਦੀ ਖਾਤਰ ਸਟੇਟ ਦੇ ਨਾਲ ਪੂਰੇ ਜ਼ੋਰ ਨਾਲ ਲੱਗਾਂਗੇ। ਤਾਂ ਇਹ ਸੀ ਸਾਬਕਾ ਕੈਬਨਿਟ ਮੰਤਰੀ ਸ਼੍ਰੋਮਣੀ ਅਕਾਲੀ ਦਲ ਸਿਕੰਦਰ ਸਿੰਘ ਮਲੂਕਾ, ਜਿਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਤੇ ਸਿਆਸਤ ਨਾ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਜਿਹੜਾ ਕੰਮ ਹੈ ਉਸ ਨੂੰ ਸਿਰੇ ਚੜ੍ਹਾਇਆ ਜਾਵੇ ਅਤੇ ਸੈਂਟਰ ਗੌਰਮੈਂਟ ਹੈ ਜੋ ਉਹ ਤਮਾਮ ਜਿਹੜੇ ਫੰਡ ਇਸ ਮਸਲੇ ਨੂੰ ਲੈ ਕੇ ਅਦਾ ਕਰੇਗੀ। ਕੈਮਰਾਮੈਨ ਰਾਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ।